ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਸਭ ਦਾ? ਤਾਂ ਜਿੱਦਾਂ ਕਿ ਆਪਾਂ ਬਣਾ ਰਹੇ ਸੀਗੇ ਗੁਰੂ ਨਾਨਕ ਦੇਵ ਜੀ ਦੀ, ਤੁਸੀਂ ਮੇਰੀ ਪਿਛਲੀ ਵੀਡੀਓ ਦੇਖ ਹੀ ਲਈ ਹੋਣੀ ਆ, ਇਹ ਸਕੈਚਿੰਗ ਦੇ ਉੱਪਰ ਸੀ ਜਿਹੜਾ ਸਕੈਚ ਸੀਗਾ, ਹੈ ਨਾ, ਜਿਹੜਾ ਮੈਂ ਤਿਆਰ ਕੀਤਾ ਸੀ ਉਦੋਂ ਤੋਂ ਉਹਦੀ ਡਰਾਇੰਗ ਸਟਾਰਟ ਕਰਨ ਲੱਗਿਆ। ਠੀਕ ਹੈ, ਆਇਲ ਦੇ ਵਿੱਚ ਕਰ ਰਹੇ ਹਾਂ। ਠੀਕ ਹੈ, ਆਇਲ ਕਲਰਸ ਦੇ ਨਾਲ ਇਹ ਕੈਨਵਸ ਲੱਗਿਆ ਹੋਇਆ ਹੈ। ਠੀਕ ਹੈ, ਮੇਰੇ ਕੋਲ ਸਟ੍ਰੈਚ ਕਰਨ ਨੂੰ ਕੁਛ ਨਹੀਂ ਸੀਗਾ, ਤਾਂ ਮੈਂ ਬੋਰਡ 'ਤੇ ਉਹਨੂੰ ਜਸਟ ਟੇਪ ਹੁੰਦੀ ਹੈ ਜਿਹੜੀ ਆਪਣੀ, ਹੈ ਨਾ, ਉਹਦੇ ਨਾਲ ਲਗਾ ਲਿਆ ਵਾ। ਅਤੇ ਹੁਣ ਮੈਂ ਇਹਦਾ ਪਹਿਲਾਂ ਇਹਦੇ 'ਤੇ ਇਹਦੀ ਡਰਾਇੰਗ ਬਣਨੀ ਆ। ਤਾਂ ਡਰਾਇੰਗ ਮੈਂ ਕਿੱਦਾਂ ਕਰਦਾ ਹੈ, ਬ੍ਰਸ਼ ਨਾਲ ਹੀ, ਜ਼ਿਆਦਾਤਰ ਆਰਟਿਸਟ ਪੈਨਸਲ ਨਾਲ ਵੀ ਕਰ ਲੈਂਦੇ ਆ। ਠੀਕ ਹੈ, ਗਲਤ ਕੁਛ ਨਹੀਂ ਗਾ, ਪਰ ਮੈਂ ਬ੍ਰਸ਼ ਨਾਲ ਕਰਦਾ ਹੈ। ਠੀਕ ਹੈ, ਬ੍ਰਸ਼ ਨਾਲ ਕਰਦੇ ਹਾਂ ਆਪਾਂ, ਐਂਡ ਕੋਈ ਵੀ ਇੱਕ ਕਲਰ ਲੈ ਲਓ, ਜ਼ਿਆਦਾਤਰ ਡਲ ਕਲਰ ਲਿਆ ਜਾਂਦਾ ਹੈ, ਬ੍ਰੰਟ ਸੇਨਾ ਕਲਰ ਲਿਆ ਜਾਂਦਾ ਹੈ। ਠੀਕ ਹੈ, ਜੋ ਬਰਾਊਨ ਹੁੰਦਾ ਹੈ, ਬਰਾਊਨ। ਠੀਕ ਹੈ, ਜਾਂ ਕੋਈ ਵੀ ਤੁਹਾਡੀ ਇੱਛਾ ਹੈ, ਜ਼ਰੂਰੀ ਨਹੀਂ ਹੁੰਦਾ, ਬਸ ਉਹ ਹੈ ਕਿ ਉਹ ਬਰਾਊਨ ਕਲਰ ਸਹੀ ਰਹਿੰਦਾ ਹੈ, ਉਹਦੇ ਨਾਲ ਡਰਾਇੰਗ ਹੁੰਦੀ ਆ। ਠੀਕ ਹੈ, ਅਤੇ ਮੈਂ ਸਟਾਰਟ ਕਰਨ ਲੱਗਿਆ ਵਾਂ। ਤਾਂ ਦੇਖੋ ਕਿੱਦਾਂ ਡਰਾਇੰਗ ਕਰਨੀ ਹੈ, ਕਿੱਦਾਂ ਦੀ ਡਿਟੇਲਿੰਗ ਚਾਹੀਦੀ ਹੁੰਦੀ ਹੈ ਉਹਦੇ ਲਈ, ਡਰਾਇੰਗ ਲਈ। ਅਤੇ ਇੱਕ ਹਿਸਾਬ ਦੀ ਇਹ ਕੰਪੋਜੀਸ਼ਨ ਲਾ ਕਰ ਲਓ, ਜਿਹੜੀ ਆਪਣੀ ਐਂਟਰੈਂਸ ਐਗਜ਼ਾਮ 'ਚ ਆਉਂਦੀ ਹੈ ਉੱਦਾਂ ਦੀ ਕੰਪੋਜੀਸ਼ਨ ਹੀ ਹੈ। ਠੀਕ ਹੈ, ਹਾਂ। ਤਾਂ ਮੇਰਾ ਮਾਈਕ ਵੀ ਖਰਾਬ ਹੋ ਗਿਆ ਇਹ ਵਾਲਾ। ਠੀਕ ਹੈ, ਮਤਲਬ ਅੱਧਾ ਖਰਾਬ ਹੋ ਗਿਆ, ਅੱਧਾ ਚੱਲਦਾ ਹੈ। ਮੋਬਾਈਲ 'ਤੇ ਚੱਲ ਰਿਹਾ ਵਾ, ਕੈਮਰੇ ਲਈ ਖਰਾਬ ਹੋ ਗਿਆ, ਕੈਮਰੇ ਲਈ ਨਹੀਂ ਚੱਲ ਰਿਹਾ। ਤਾਂ ਹੁਣ ਮੈਂ ਰਿਕਾਰਡਿੰਗ ਮੋਬਾਈਲ 'ਤੇ ਕਰ ਰਿਹਾ ਵਾਂ, ਅਤੇ ਫਿਰ ਮਿਕਸ ਕਰੂੰਗਾ ਰਿਕਾਰਡਿੰਗ ਨੂੰ ਇਹਦੇ ਨਾਲ ਮੈਚ ਕਰਕੇ। ਐਂਡ ਚਲੋ ਆਪਾਂ ਸਟਾਰਟ ਕਰਦੇ ਹਾਂ। ਠੀਕ ਹੈ, ਚਲੋ ਜੀ, ਸਭ ਤੋਂ ਪਹਿਲਾਂ ਬੇਸ ਲਾਈਨ ਜਿਹੜੀ ਮੈਂ ਬੈਕਗਰਾਊਂਡ ਦੀ ਬਣਾਈ ਆ। ਠੀਕ ਹੈ, ਥੋੜ੍ਹਾ ਜਿਹਾ ਆਇਲ ਤੁਸੀਂ ਲਗਾ ਸਕਦੇ ਹੋ। ਠੀਕ ਹੈ, ਟਰਪਨਟਾਈਨ ਆਇਲ ਯੂਜ਼ ਹੁੰਦਾ ਇਹਦੇ ਵਿੱਚ, ਇੱਥੇ ਬਾਬਾ ਨਾਨਕ, ਇੱਥੇ ਮਰਦਾਨਾ। ਐਂਡ ਚਲੋ ਕਰਦੇ ਹਾਂ ਸਟਾਰਟ। ਤਾਂ ਬ੍ਰਸ਼ ਨਾਲ ਡਰਾਇੰਗ ਕਰਨ ਦਾ ਇੱਕ ਅਲੱਗ ਹੀ ਮਜ਼ਾ ਹੈ, ਅਲੱਗ ਹੀ ਬੜਾ ਨਜ਼ਾਰਾ ਹੁੰਦਾ ਇਹਦੇ ਨਾਲ ਡਰਾਇੰਗ ਕਰਨ ਦਾ। ਮੈਨੂੰ ਤਾਂ ਬਹੁਤ ਬੜੀ ਵਧੀਆ ਹੁੰਦੀ ਹੈ ਡਰਾਇੰਗ। ਇੱਕ ਆਊਟਲਾਈਨ ਕਰਨੀ ਹੁੰਦੀ ਹੈ ਬਸ, ਬਹੁਤ ਜ਼ਿਆਦਾ ਇਹਦੇ 'ਚ ਡਿਟੇਲਿੰਗ ਦੀ ਲੋੜ ਨਹੀਂ ਹੁੰਦੀ, ਇੱਕ ਥੋੜ੍ਹਾ ਆਈਡੀਆ ਜਿਹਾ ਹੋ ਜਾਂਦਾ ਹੈ, ਫਿਰ ਸਾਰਾ ਕੁਛ ਆਪਾਂ ਕਲਰ 'ਚ ਹੀ ਕੱਢਦੇ ਹਾਂ। ਠੀਕ ਹੈ, ਬਾਕੀ ਜਿਵੇਂ ਡਿਟੇਲਿੰਗ ਕਰਨੀ ਆ ਡਿਟੇਲਿੰਗ ਵੀ ਕਰ ਸਕਦਾ ਹੈ ਡਰਾਇੰਗ ਦੀ, ਛੋਟਾ ਬ੍ਰਸ਼ ਲੈ ਕੇ ਜਾਂ ਪੈਨਸਲ ਨਾਲ ਕਰ ਲਓ। ਕਈ ਆਰਟਿਸਟ ਕਹਿੰਦੇ ਆ ਕਿ ਕੈਨਵਸ ਦੇ ਉੱਤੇ ਪੈਨਸਲ ਨਹੀਂ ਚਲਾਉਣੀ ਚਾਹੀਦੀ ਜਾਂ ਪੈਨਸਲ ਨਾਲ ਨਹੀਂ ਕਰਨਾ ਚਾਹੀਦਾ, ਇਹਨਾਂ ਗੱਲਾਂ 'ਚ ਨਹੀਂ ਆਉਣਾ ਤੁਸੀਂ। ਠੀਕ ਹੈ, ਕੋਈ ਚੱਕਰ ਨਹੀਂ ਗਾ ਉਹਦਾ, ਕੁਛ ਨਹੀਂ ਹੁੰਦਾ ਉਹਦੇ ਨਾਲ। ਬਹੁਤ ਫੋਰਨ ਦੇ ਮੈਂ ਬਹੁਤ ਆਰਟਿਸਟ ਦੇਖਿਆ, ਔਰ ਬਹੁਤ ਤਗੜਾ ਤਗੜਾ ਉਹਨਾਂ ਦਾ ਕੰਮ ਹੈ, ਤਾਂ ਕਿਆ ਬਾਤ ਹੈ, ਮਤਲਬ ਗਾਹ ਪਾ ਦਿੰਦੇ ਆ ਕੰਮ ਦਾ, ਅਤੇ ਬਹੁਤ ਸੋਹਣੀ ਪੇਂਟਿੰਗ ਕਰਦੇ ਆ। ਤਾਂ ਉਹ ਪੈਨਸਲ ਨਾਲ ਹੀ ਮੈਂ ਡਰਾਇੰਗ ਕਰਦੇ ਦੇਖਿਆ ਜਾ। ਔਰ ਜਿਹੜਾ ਆਇਲ ਮੀਡੀਅਮ ਆ, ਕਾਫੀ ਇੰਟਰਸਟਿੰਗ ਮੀਡੀਅਮ ਆ। ਠੀਕ ਹੈ, ਇਹਦੇ 'ਚ ਆਪਾਂ ਨੂੰ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਕਿ ਅਗਰ ਕੋਈ ਕੋਈ ਚੀਜ਼ ਗਲਤ ਹੁੰਦੀ ਹੈ ਤਾਂ ਉਹਨੂੰ ਸਹੀ ਕਰਨ ਦੀਆਂ। ਠੀਕ ਹੈ, ਜਿੱਦਾਂ ਵਾਟਰ ਕਲਰ 'ਚ ਆਪਸ਼ਨਸ ਨਹੀਂ ਹੁੰਦੀਆਂ ਨੇ ਉਹਨੂੰ ਠੀਕ ਕਰਨ ਦੀਆਂ, ਅਗਰ ਕੋਈ ਗਲਤ ਕਲਰ ਲੱਗ ਜਾਂਦਾ ਹੈ, ਬਹੁਤ ਘੱਟ ਆਪਸ਼ਨ ਹੁੰਦੀ ਹੈ ਉਹਦੇ 'ਚ। ਠੀਕ ਹੈ, ਤਾਂ ਇਹਦੇ ਵਿੱਚ ਆਇਲ ਵਿੱਚ ਆਪਾਂ ਨੂੰ ਵਾਧੂ ਆਪਸ਼ਨ ਆਉਂਦੀਆਂ। ਐਂਡ ਉਹਦੀ ਮਿਕਸਿੰਗ, ਅਗਰ ਕੋਈ ਰੀਅਲਿਸਟਿਕ ਕੰਮ ਕਰਨਾ ਹੈ ਤਾਂ ਆਇਲ ਵਿੱਚ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਤਾਂ ਕਾਫੀ ਆਰਟਿਸਟਾਂ ਦਾ ਇੱਕ ਫੇਵਰੇਟ ਮੀਡੀਅਮ ਵੀ ਹੈ ਇਹ, ਆਇਲ 'ਚ ਹੀ ਕਰਨਾ ਪਸੰਦ ਕਰਦੇ ਆ। ਇਹਨੂੰ ਵੀ ਆਪਾਂ ਸਕੈਚਿੰਗ ਹੀ ਕਹਿ ਦਿੰਦੇ ਹਾਂ, ਕਿਉਂਕਿ ਇੱਕ ਹਿਸਾਬ ਦਾ ਸਕੈਚ ਹੀ ਹੁੰਦਾ ਹੈ, ਬੇਸ ਹੁੰਦਾ ਹੈ ਤੁਹਾਡਾ। ਸਾਰੇ ਡਾਰਕ ਲਾਈਟ ਟੋਨ ਇਹਦੇ ਨਾਲ ਕੱਢੀ ਜਾਂਦੀ ਹੈ। ਥੋੜ੍ਹਾ ਜਿਹਾ ਬਹੁਤ ਅੱਛਾ ਮੀਡੀਅਮ ਹੈ। ਠੀਕ ਹੈ, ਅਗਰ ਕੋਈ ਕਰਦਾ ਹੈ ਇਹਨੂੰ,
ਇਹਦੇ 'ਚ ਆਪਸ਼ਨ ਸੁਣਦੀਆਂ ਨੇ ਕਿ ਆਪਣੀ ਜੇ ਗਲਤ ਹੋ ਜਾਂਦਾ ਤਾਂ ਉਹਨੂੰ ਦੁਬਾਰਾ ਤੋਂ ਸਹੀ ਕਰਨ ਦੀਆਂ। ਇੱਕ ਕਮਰਸ਼ੀਅਲ ਵਰਕਰ ਉਹ ਕਰਨਾ ਤਾਂ ਉਹ ਪਿੰਡ ਦਾ ਹੀ ਹੈ, ਪਿੰਡ ਦਾ ਹੀ ਕਮਰਸ਼ੀਅਲ ਵਰਕ ਹੈ। ਐਂਡ ਬਾਅਦ 'ਚ ਫਿਰ ਮੈਂ ਚਲੇ ਜਾਣਾ ਇੱਥੋਂ ਤਾਂ ਫਿਰ ਮੁਸ਼ਕਲ ਹੋ ਜੂਗਾ ਉੱਥੇ ਜਾ ਕੇ ਕਰਨਾ, ਜਾਂ ਉੱਥੇ ਫਿਰ ਜੇ ਕਰ ਲਿਆ ਤਾਂ ਮੈਂ ਫਿਰ ਦੇ ਨਹੀਂ ਸਕਦਾ ਉੱਥੇ, ਹੈ ਨਾ। ਹੁਣ ਆਪਾਂ ਲਾਈਟ ਇਹਦੀ ਇਸ ਸਾਈਡ ਤੋਂ ਦਿਖਾਉਣੀ ਆ, ਲਾਈਟ ਪੈਂਦੀ ਤਾਂ ਓਇਲ ਦਾ ਇੱਦਾਂ ਹੁੰਦਾ ਕਿ ਇਹ ਜਲਦੀ ਸੁੱਕਦੇ ਨਹੀਂ ਕਲਰ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਦਾ ਬੈਨੀਫਿਟ ਇਹ ਹੈ ਕਿ ਤੁਸੀਂ ਇਹ ਐਡੀਟਿੰਗ ਕੋਈ ਮਿਕਸਿੰਗ ਕਰਨੀ ਆ, ਕੋਈ ਚੀਜ਼ ਗਲਤ ਕਲਰ ਲੱਗ ਗਿਆ ਤਾਂ ਉਹਨੂੰ ਉਠਾ ਸਕਦੇ ਹੋ ਈਜ਼ੀਲੀ, ਐਂਡ ਉਹ ਜਲਦੀ ਸੁੱਕਣਗੇ ਨਹੀਂ। ਇਹ ਬਣ ਜੂਗਾ ਆਪਣਾ ਦਰਖਤ। ਇਹ ਪਿੱਛੇ ਮੈਂ ਉਹ ਦਿਖਾਉਣਾ ਇੱਕ ਪਿੰਡ, ਪਿੰਡ ਟਾਈਪ ਦਿਖਾਉਣਾ ਸੀ। ਤਾਂ ਸਿਰਫ ਬੇਸ ਮਤਲਬ ਸਕੈਚ ਬਣ ਰਿਹਾ ਵਾ, ਫਿਰ ਕਲਰਫੁੱਲ ਹੌਲੀ ਹੌਲੀ ਹੁੰਦਾ ਜਾਊਗਾ ਇਹ। ਇੱਕ ਗਾਂ ਬਣ ਗਈ, ਠੀਕ ਹੈ। ਇੱਥੇ ਵੀ ਮਾੜਾ ਮੋਟਾ ਪੇੜ ਆ ਜੂਗਾ, ਥੋੜ੍ਹੇ ਪਿੱਛੇ ਦੇਖਦੇ, ਹੈ ਨਾ। ਇਹ ਪਿੱਛੇ ਪਿੰਡ ਦਾ ਸੀਨ ਆ ਗਿਆ। ਇਹਦੇ ਲਈ ਤੁਹਾਡੇ ਕੋਲ ਜਿਹੜੇ ਇਹਦੇ ਬ੍ਰੱਸ਼ ਹੁੰਦੇ ਆ, ਹੌਗ ਹੇਅਰ ਹੁੰਦੇ ਆ, ਠੀਕ ਹੈ। ਉਹਨਾਂ ਦੇ ਹੇਅਰ ਹੁੰਦੇ ਜਿਹੜੇ ਉਹ ਹਾਰਡ ਹੁੰਦੇ ਆ ਓਇਲ ਕਲਰ ਲਈ, ਇਹਦੇ ਲਈ ਸੋਫਟ ਬ੍ਰੱਸ਼ ਯੂਜ਼ ਨਹੀਂ ਹੁੰਦੇ, ਧਿਆਨ ਰੱਖਿਓ। ਇੰਨੀ ਕੁ ਇਹ ਮੇਰੀ ਸਕੈਚਿੰਗ ਐਕਚੁਅਲੀ ਪਊਗੀ ਇਹਨਾਂ ਦੀ ਸ਼ੈਡੋ। ਇਹ ਬਣ ਜੂਗਾ ਟ੍ਰੀ, ਇੱਦਾਂ ਇਹਦੇ ਸਭ ਪੱਤੇ ਪੁੱਤੇ ਆ ਜਾਣਗੇ ਬਾਹਰ। ਲਓ ਜੀ, ਇਹ ਆਪਣਾ ਤਕਰੀਬਨ ਸਕੈਚ ਰੈਡੀ, ਆਪਣਾ ਮਤਲਬ ਲੇਆਊਟ ਇੱਕ, ਠੀਕ ਹੈ। ਸਕੈਚ ਟਾਈਪ ਬਣ ਗਿਆ ਇਹ, ਠੀਕ ਹੈ। ਇੱਕ ਸਕੈਚ ਬਣ ਕੇ ਲੇਆਊਟ ਬਣ ਗਿਆ। ਹੁਣ ਇਹਦੇ 'ਚ ਕਲਰਿੰਗ ਹੋਊਗੀ, ਤਾਂ ਮੈਂ ਨੈਕਸਟ ਵੀਡੀਓ 'ਚ ਕਲਰਿੰਗ ਸਟਾਰਟ ਕਰਦਾ ਹੈ। ਸਕੈਚ ਤੁਹਾਨੂੰ ਆਈਡੀਆ ਹੋ ਜੂ ਕਿ ਕੈਨਵਸ 'ਤੇ ਸਕੈਚ ਕਿੱਦਾਂ ਕਰੀਦਾ ਹੈ, ਠੀਕ ਹੈ। ਇੱਦਾਂ ਕਰੀਦਾ ਹੈ, ਟੋਨਸ ਕੱਢ ਲੈਂਦੇ ਹਾਂ ਥੋੜ੍ਹੀ, ਤਾਂ ਹਾਈਲਾਈਟ ਲਾਈਟ ਦਾ ਪਤਾ ਲੱਗ ਜਾਂਦਾ ਕਿੱਧਰੋਂ ਪਾਉਣੀ ਆ, ਠੀਕ ਹੈ। ਥੋੜ੍ਹੀ ਥੋੜ੍ਹੀ ਡਿਟੇਲ ਕਰ ਲਈ ਦੀ ਆ, ਇੱਕ ਆਈ ਡਰਫ
ਰਫ ਆਈਡੀਆ ਜਿਹਾ ਲੱਗ ਜਾਂਦਾ ਹੈ ਸਕੈਚ ਕਰਨ ਦਾ। ਠੀਕ ਹੈ, ਤਾਂ ਇੱਦਾਂ ਤਾਂ ਮੈਂ ਹੁਣ ਦਿਖਾ ਦਿੰਦਾ ਤੁਹਾਨੂੰ ਸਕੈਚ ਕਿ ਕਿੱਦਾਂ ਲੱਗ ਰਿਹਾ ਵਾ। ਠੀਕ ਹੈ ਜੀ, ਇਹ ਆ ਮੇਰਾ ਸਕੈਚ, ਦੇਖ ਲਓ ਫਿਗਰ, ਪ੍ਰਪੋਰਸ਼ਨ, ਬੈਕਗਰਾਊਂਡ ਸਾਰਾ ਕੁਛ ਨੋਰਮਲ ਲੱਗ ਰਿਹਾ ਨਾ। ਠੀਕ ਹੈ, ਇਹ ਕੰਪੋਜੀਸ਼ਨ ਹੁੰਦੀ ਹੈ ਕਿ ਹਰ ਚੀਜ਼ ਨੂੰ ਕੰਪੋਜ਼ ਕਰ ਦੇਣਾ ਆਪਣੀ ਇਮੈਜੀਨੇਸ਼ਨ ਨਾਲ। ਠੀਕ ਹੈ, ਟ੍ਰੀ ਦਿਖਾ ਤੇ, ਪਿੱਛੇ ਬੈਕਗਰਾਊਂਡ 'ਤੇ ਘਰ 'ਚ ਦਿਖਾ ਦਿੰਦੇ ਹਾਂ। ਠੀਕ ਹੈ, ਲਾਈਟ ਮੈਂ ਇਸ ਸਾਈਡ ਤੋਂ ਦਿਖਾਈ ਆ, ਇੱਧਰੋਂ ਪੈਂਦੀ ਦਿਖਾਈ ਆ ਲਾਈਟ, ਤਾਂ ਇੱਧਰ ਇਹ ਸਾਈਡ ਇਹਨਾਂ ਡਾਰਕ ਹੋਊਗੀ ਹਰ ਚੀਜ਼ ਦੀ। ਠੀਕ ਹੈ, ਕਿਉਂਕਿ ਲਾਈਟ ਇੱਧਰੋਂ ਆ ਰਹੀ ਆ। ਠੀਕ ਹੈ, ਤਾਂ ਹੁਣ ਜਿੱਦਾਂ ਜਿੱਦਾਂ ਮੈਂ ਕਲਰਿੰਗ ਕਰਦਾ ਰਹੂੰਗਾ ਤੁਹਾਨੂੰ ਪਤਾ ਲੱਗ ਜਾ ਰਹੂਗਾ ਡਿਟੇਲਿੰਗ ਦਾ, ਤਾਂ ਇੱਦਾਂ ਹੀ ਕੁਛ। ਠੀਕ ਹੈ, ਦੇਖੋ ਇੱਕ ਜਸਟ ਇੰਪ੍ਰੈਸ਼ਨ। ਠੀਕ ਹੈ, ਡਿਟੇਲਿੰਗ ਨਹੀਂ, ਜਸਟ ਇੱਕ ਪਤਾ ਲੱਗ ਜਾਵੇ ਬਸ। ਤਾਂ ਇਹ ਪਏ ਆ ਮੇਰੇ ਕਲਰ ਸਾਰੇ। ਠੀਕ ਹੈ, ਮੈਂ ਇਹ ਬ੍ਰੰਟ ਸੈਨਾ ਕਲਰ ਹੀ ਹਜੇ ਤੱਕ ਯੂਜ਼ ਕੀਤਾ ਹੈ। ਠੀਕ ਹੈ, ਇਹ ਕਲਰ ਮੈਂ ਕੱਢੇ ਹੋਏ ਆ ਸਾਰੇ, ਅਤੇ ਇਹ ਵਾਲਾ ਬ੍ਰੱਸ਼ ਯੂਜ਼ ਕੀਤਾ ਮੈਂ, ਫਲੈਟ ਬ੍ਰੱਸ਼ ਯੂਜ਼ ਹੁੰਦੇ ਆ। ਠੀਕ ਹੈ, ਓਇਲੀ ਰਾਊਂਡ ਵੀ ਯੂਜ਼ ਹੁੰਦੇ ਆ, ਇਹਨਾਂ ਦੇ ਹੇਅਰ ਹੁੰਦੇ ਆ ਜਿਹੜੇ। ਮੈਂ ਤੁਹਾਨੂੰ ਡਿਫਰੈਂਸ ਵੀ ਦੱਸ ਦਿੰਦਾ ਥੋੜ੍ਹਾ ਜਿਹਾ ਕਿ ਜਿੱਦਾਂ ਇਹ ਵਾਲਾ ਬ੍ਰੱਸ਼ ਹੈ। ਠੀਕ ਹੈ, ਅਤੇ ਬਹੁਤ ਹਾਰਡ ਹੈ, ਇਹਨੂੰ ਹਾਰਡ ਹੋਗ ਏਅਰ ਕਹਿੰਦੇ ਆ, ਓਇਲ ਦੀ ਯੂਜ਼ ਹੁੰਦਾ ਇਹ। ਠੀਕ ਹੈ, ਹਾਰਡ ਬ੍ਰੱਸ਼ ਹੁੰਦਾ ਇਹ। ਤੁਹਾਨੂੰ ਮੈਂ ਵਾਟਰ ਕਲਰ ਲਈ ਸੌਫਟ ਬ੍ਰੱਸ਼ ਯੂਜ਼ ਹੁੰਦੇ ਆ, ਉਹ ਮੈਂ ਦਿਖਾਉਂਦਾ। ਕਿੱਧਰ ਗਿਆ ਕਿੱਧਰ ਗਿਆ, ਸੋ ਇਹ ਬ੍ਰੱਸ਼ ਦੇਖੋ, ਇਹ ਬਿਲਕੁਲ ਸੌਫਟ ਹੈ। ਠੀਕ ਹੈ, ਬਿਲਕੁਲ ਸੌਫਟ ਹੁੰਦਾ ਬ੍ਰੱਸ਼, ਅਤੇ ਵਾਟਰ ਕਲਰ ਯੂਜ਼ ਹੁੰਦੇ ਆ। ਠੀਕ ਹੈ, ਇਹ ਡਿਫਰੈਂਸ ਹੁੰਦਾ ਹੈ। ਤਾਂ ਓਕੇ ਗਾਇਸ, ਦੱਸੋ ਫਿਰ ਕਿੱਦਾਂ ਲੱਗਿਆ ਸਕੈਚ ਆਪਣਾ। ਠੀਕ ਹੈ, ਇਹਨੂੰ ਕੰਟੀਨਿਊ ਕਰਦਾ ਹੋਰ ਮੈਂ, ਅਤੇ ਨਾਲ ਇੱਕ ਕਮਰਸ਼ੀਅਲ ਵਰਕ ਆ ਮੇਰਾ, ਉਹ ਵੀ ਸਟਾਰਟ ਕਰਦਾ ਹੈ, ਚਾਰਕੋਲ 'ਚ ਕਰਨਾ ਉਹ ਵੀ। ਠੀਕ ਹੈ, ਓਕੇ ਜੀ, ਮਿਲਦੇ ਹਾਂ ਫਿਰ, ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।